ਢਿੱਲੋ ਕੰਬਾਈਨ ਫਾਰਮ 'ਤੇ ਤੁਹਾਡਾ ਮੈਂ ਸਵਾਗਤ ਕਰਦਾ ਹਾਂ। ਅੱਜ ਤੁਹਾਨੂੰ ਮੈਂ ਰੂਟਸ ਦੇ ਪ੍ਰੈਸ਼ਰ ਹੋਰਨ ਵਿਸ਼ਾਲ ਦੇ ਬਣਾਉਣਾ ਦੱਸਾਂਗਾ। ਆਹ ਹੁਣ ਗੰਦੇ ਹੋਏ ਨੇ, ਮੈਂ ਸਫਾਈ ਕਰਕੇ ਤੁਹਾਨੂੰ ਇਹਨਾਂ ਨੂੰ ਦੁਬਾਰਾ ਦਿਖਾਉਂਦਾ ਹਾਂ, ਫਿਰ ਆਪਾਂ ਇਸ ਨੂੰ ਰਿਪੇਅਰ ਕਰਦੇ ਹਾਂ। ਸਫਾਈ ਕਰਨ ਤੋਂ ਬਾਅਦ ਮੈਂ ਇਸ ਨੂੰ ਖੋਲ੍ਹ ਲਵਾਂਗਾ। ਹੁਣ ਇਸ ਦੇ ਮੈਂ ਆਪਾਂ ਜਿਹੜੇ ਖੋਲ੍ਹ ਲੈਣੇ ਆ, ਫਿਰ ਇਸਦੀ ਆਪਾਂ ਇਸ ਨੂੰ ਧੋਣੇ ਆ ਪਾਣੀ ਦੇ ਨਾਲ। ਮਤਲਬ ਕਿ ਮਸ਼ੀਨ ਦੇ ਕਾਰਨ ਆ ਗੰਦੇ ਬਹੁਤ ਹੋ ਗਏ ਨੇ, ਇਸ ਕਰਕੇ ਮੈਂ ਇਹਨੂੰ ਧੋ ਲੈਂਦਾ ਹੁਣ। ਟੂਟੀਆਂ ਖੋਲ੍ਹਣ ਤੋਂ ਬਾਅਦ ਆਪਾਂ ਹੁਣ ਆ ਜਿਹੜੇ ਇਹਦੇ ਨਾਟ ਖੋਲ੍ਹਾਂਗੇ, 13 ਨੰਬਰ ਦੇ ਨਾਟ ਜਾਂ 3, ਇਸ ਨੂੰ ਖੋਲ੍ਹ ਕੇ ਆ ਪੈਪਾਂ ਲੱਭ ਕਰਕੇ ਉਹਨੂੰ 13 ਨੰਬਰ 'ਤੇ ਚਾਬੀ ਲੈ ਕੇ ਹੁਣ ਆਪਾਂ ਇਹਦੀ ਟੂਟੀਆਂ ਅਲੱਗ ਕਰ ਲੈਂਦੇ ਹਾਂ। ਬਾਅਦ ਵਿੱਚ ਤੀਸਰੀ ਖੋਲ੍ਹਦੇ ਹਾਂ। ਨਾਟ ਬਹੁਤ ਟਾਈਟ ਨੇ, ਵੀ ਧਿਆਨ ਨਾਲ ਖੋਲ੍ਹਿਓ, ਇਸ ਨੂੰ ਪੈਪ ਟੁੱਟ ਵੀ ਸਕਦੀ ਜੀ। ਪਾਈਪਾਂ ਖੋਲ੍ਹਣ ਤੋਂ ਬਾਅਦ ਆਪਾਂ ਹੁਣ ਇਸਦੇ 6 ਨੰਬਰ ਦੇ ਨਾਲ ਪਲਾਸ ਦੇ ਨਾਲ ਖੋਲ੍ਹਦੇ ਹਾਂ, ਤਾਰਾਂ ਖੋਲ੍ਹਦੇ ਨੇ, ਫਿਰ ਆਪਾਂ ਅਲੱਗ ਕਰਕੇ ਫਿਰ ਤੁਹਾਨੂੰ ਦਿਖਾਉਂਦਾ ਜੀ। ਵੀ ਤਾਰਾਂ ਖੋਲ੍ਹਣ ਤੋਂ ਬਾਅਦ ਹੁਣ ਮੈਂ ਇਹਨਾਂ ਨੂੰ ਘੁੱਗੀਆਂ ਨੂੰ ਖੋਲ੍ਹ ਲਵਾਂਗਾ। ਹੁਣ 14 ਨੰਬਰ ਦੀ ਚਾਬੀ ਲੈ ਕੇ ਹੁਣ ਖੋਲ੍ਹਦੇ ਇਹਨਾਂ ਨੂੰ। ਲੂਜ਼ ਹੀ ਨੇ ਵੀਰੇ ਜੀ ਨਟ, ਇਸ ਨੂੰ ਆਪਾਂ ਹੁਣ ਖੋਲ੍ਹ ਲਵਾਂਗੇ ਜੀ। ਖੋਲ੍ਹਣ ਤੋਂ ਬਾਅਦ ਵੀਰ ਜੀ ਆਪਾਂ ਹੁਣ ਘੁੱਗੀਆਂ ਅਤੇ ਟੂਟੀਆਂ ਖੋਲ੍ਹ ਦਿੱਤੀਆਂ। ਹੁਣ ਆਪਾਂ ਘੁੱਗੀਆਂ ਨੂੰ ਅਤੇ ਟੂਟੀਆਂ ਨੂੰ ਪਾਣੀ ਦੇ ਨਾਲ ਵਾਸ਼ ਕਰ ਲੈਂਦੇ ਹਾਂ, ਬਾਅਦ ਵਿੱਚ ਆਪਾਂ ਅਗਲੇ ਸਟੈਪ 'ਤੇ ਇਸ ਨੂੰ ਖੋਲ੍ਹ ਕੇ ਸਾਫ਼ ਕਰਾਂਗੇ। ਵੀਰ ਜੀ ਪਾਣੀ ਤੋਂ ਧੋਣ ਤੋਂ ਬਾਅਦ ਹੁਣ ਆਪਾਂ ਇਸ ਦੀਆਂ ਘੁੱਗੀਆਂ ਸਾਫ਼ ਕਰਾਂਗੇ। ਆਹ 3 ਨਾੜ ਖੋਲ੍ਹ ਕੇ ਪਿੱਛੋਂ ਇਹਦੇ ਘੁੱਗੀਆਂ ਸਾਫ਼ ਕਰਦੇ ਮੈਂ ਖੋਲ੍ਹ ਕੇ ਤੁਹਾਨੂੰ ਫਿਰ ਦੱਸਦਾ ਦਿਖਾਉਂਦਾ ਹਾਂ। ਵੀਰ ਜੀ ਪੱਤੇ ਖੋਲ੍ਹ ਲੈਣ ਤੋਂ ਬਾਅਦ ਆਹ ਵੇਖੋ, ਇਸ ਨੂੰ ਸਾਫ਼ ਕਰਕੇ ਇਸਦੀ ਸਫਾਈ ਕਰਕੇ, ਸਪਰਿੰਗ ਦੀ ਸਫਾਈ ਕਰਕੇ ਆਪਾਂ ਇਸ ਨੂੰ ਦੁਬਾਰਾ ਫਿੱਟ ਕਰ ਦਿੰਦੇ ਹਾਂ। ਪੱਤਿਆਂ ਦਾ ਵੀਰ ਆਪਾਂ ਬੰਨਾ ਬਦਲ ਦਾਂਗੇ ਜੀ, ਇਹੀ ਪੱਤੇ ਸਹੀ ਨੇ ਅਜੇ। ਵੀਰ ਜੀ ਸਾਫ਼ ਕਰਨ ਤੋਂ ਬਾਅਦ ਹੁਣ ਆਪਾਂ ਇਸਦੀ ਫਿਟਿੰਗ ਸ਼ੁਰੂ ਕਰਦੇ ਹਾਂ। ਪਹਿਲਾਂ ਆਪਾਂ ਪੱਤਾ ਰੱਖ ਲੈਣਾ ਇੱਥੇ, ਪੱਤਾ ਰੱਖ ਕੇ ਆਪਾਂ ਇਸ ਤਰ੍ਹਾਂ ਕਰ ਲੈਣਾ ਹੈ, ਰੱਖ ਕੇ ਇਸਨੂੰ ਇਸ ਤਰ੍ਹਾਂ ਫੜ ਕੇ ਇਸ ਤਰ੍ਹਾਂ ਲਾ ਦੇਣਾ ਹੈ। ਇਸ ਤਰ੍ਹਾਂ ਹੀ ਤੀਸਰਾ ਨਾਟ ਵੀ
ਇਸ ਨੂੰ ਕੱਸ ਦਿਓ ਭਾਈ। इस तरह ही भीर जी आप बाकी दियाँ दो तूतियाँ फिट कर लेनिया है। चलो मैं तुम फिट करके फिर नैक्सट स्टैप दसदा भीर जी। नाड़ कसन तो बाद हूँ आप इस दियाँ घुग्गियाँ चैक कर दें बैटरी तक कि चल दियाँ या नहीं चल दियाँ, फिर आप नैक्सट इस प्रोसीजर शुरू करा। फिर जी आप इस तरह दो तारा ला लेनिया बैटरी से, क्योंकि आ घुग्गियाँ 12 बोल्ट आ, जे 24 बोल्ट होंगे तो आप डबल बैटरी से इस चैक करना सी, ताकि हूँ आ 12 बोल्ट है, हूँ आप इस कल्ली बैटरी से ही चैक करा। फिर जी आ पैप विच आप हूँ इस विच हवा मारांगे ते आ दो तार आप ਵੀਰ ਜੀ ਆ ਤਾਰ ਕਨੈਕਟ ਕਰਨ 'ਤੇ ਜੇ ਇਸ ਵਿੱਚੋਂ ਹਵਾ ਪਾਸ ਹੋ ਗਈ ਤਾਂ ਆ ਘੁੱਗੀ ਮਤਲਬ ਕਿ ਸਹੀ ਹੋ ਗਈ। ਤੁਸੀਂ ਆ ਦੇਖ ਸਕਦੇ ਹੋ ਇਸ ਦੀ ਆਵਾਜ਼ ਮਤਲਬ ਕਿ ਆ ਘੁੱਗੀ ਸਹੀ ਹੈ। ਇਸ ਤਰ੍ਹਾਂ ਹੀ ਆਪਾਂ ਬਾਕੀ ਦੀਆਂ ਦੋ ਚੈੱਕ ਕਰਕੇ ਅਤੇ ਇਸ ਦੀ ਫਿਟਿੰਗ ਕਰਦੇ ਹਾਂ। ਵੀਰ ਜੀ ਆਪਾਂ ਤਿੰਨੇ ਘੁੱਗੀਆਂ ਚੈੱਕ ਕਰ ਲੈਣ ਕਿ ਆਪਣੀਆਂ ਆ ਤਿੰਨੇ ਘੁੱਗੀਆਂ ਸਹੀ ਆ। ਹੁਣ ਮੈਂ ਇਸ ਦੀ ਫਿਟਿੰਗ ਕਰਦਾ ਹਾਂ ਅਤੇ ਫਿਟਿੰਗ ਕਰਕੇ ਤੁਹਾਨੂੰ ਦਿਖਾਉਂਦਾ ਹਾਂ। ਵੀਰ ਜੀ ਆਪਾਂ ਹੁਣ ਇਸ ਦੀਆਂ ਪਾਈਪਾਂ ਫਿੱਟ ਕਰਤੀਆਂ ਨੇ, ਇਸ 'ਤੇ ਆਪਾਂ ਤੂਤੀ ਫਿੱਟ ਕਰਤੀ, ਇਸ ਦੀ ਘੁੱਗੀ ਵੀ ਲਾਤੀ ਆ। ਹੁਣ ਆਪਣਾ ਟਾਈਮ ਹੈ ਕਿ ਆਪਾਂ ਇਸ ਦੀ ਵਾਇਰਿੰਗ ਕਰਾਂਗੇ। ਹੁਣ ਆਪਣਾ ਆਹ ਸਾਈਡ ਆਪਣੀ ਨੈਗੇਟਿਵ ਆ, ਇਸ ਦੀ ਵੀ ਆਹ ਵੀ ਸਾਈਡ ਨੈਗੇਟਿਵ ਆ, ਇਸ ਦੀ ਆ ਥੱਲੜੀ ਸਾਈਡ ਨੈਗੇਟਿਵ ਆ, ਇਧਰਲੀ ਲੈਫਟ ਰਾਈਟ ਹੈਂਡ ਸਾਈਡ ਪੋਜ਼ੀਟਿਵ ਪੋਜ਼ੀਟਿਵ ਪੋਜ਼ੀਟਿਵ। ਇਸ ਦੀ ਵਾਇਰਿੰਗ ਕਰਕੇ ਹੁਣ ਮੈਂ ਤੁਹਾਨੂੰ ਦਿਖਾਉਂਦਾ ਹਾਂ। ਫਿਰ ਜੀ ਮੈਂ ਤਾਰਾਂ ਇਸ ਦਾ ਕਨੈਕਟ ਕਰ ਲਈਆਂ ਅਤੇ ਹੁਣ ਮੈਂ ਇਹਦੀ ਫਿਟਿੰਗ ਕਰਦਾ ਹਾਂ ਮਸ਼ੀਨ 'ਤੇ, ਅਤੇ ਬਾਅਦ ਵਿੱਚ ਇਸ ਨੂੰ ਮੈਂ ਚਲਾ ਕੇ ਦਿਖਾਉਂਦਾ ਤੁਹਾਨੂੰ। ਹੁਣ ਇਸ ਨੂੰ ਮੈਂ ਫਿੱਟ ਕਰ ਲਾਂ। ਇਸ ਵੀਰ ਜੀ ਆਪਾਂ ਹੋਰਨ ਫਿੱਟ ਕਰ ਲਿਆ, ਹੁਣ ਤੁਹਾਨੂੰ ਮੈਂ ਹਵਾ ਬਣਾ ਕੇ ਮਸ਼ੀਨ ਸਟਾਰਟ ਕਰਕੇ ਤੁਹਾਨੂੰ ਮੈਂ ਦਿਖਾਉਂਦਾ ਹਾਂ ਹੋਰਨ ਚੱਲਦੇ ਜਾਂ ਨਹੀਂ ਚੱਲਦੇ। ਵੀਰ ਜੀ ਮੈਂ ਹਵਾ ਬਣਾ ਲਈ, ਹੁਣ ਤੁਹਾਨੂੰ ਮੈਂ ਹੋਰਨ ਚੈੱਕ ਕਰਾ ਕੇ ਦਿਖਾਉਂਦਾ ਹਾਂ ਤੁਹਾਡੇ ਸਾਹਮਣੇ ਵਰਕ ਕਰ ਰਿਹਾ। ਤੁਹਾਡਾ ਸਾਰਿਆਂ ਦਾ ਧੰਨਵਾਦ ਵੀਡੀਓ ਵੇਖਣ ਲਈ।